ਸਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ ਸਾਰਿਆਂ ਦਾ ਸਵਾਗਤ ਕਰਦੇ ਹਾਂ ਚੋਣ ਦੰਗਲ ਦੇ ਵਿੱਚ ਮੈਂ ਸੰਜੀਵ ਯਸ਼ ਖੰਨਾ ਲੈ ਕੇ ਹਾਜ਼ਰ ਚੋਣ ਦੰਗਲ ਸਭ ਥਾਂ ਦੇ ਉੱਤੇ ਪੰਜਾਬ ਦੇ ਵਿੱਚ ਇੱਕੋ ਹੀ ਚਰਚਾ ਹੈ ਚੋਣਾਂ ਦੇ ਵਿੱਚ ਕੌਣ ਜਿੱਤੂਗਾ ਕੌਣ ਚੀਫ ਮਨਿਸਟਰ ਬਣੂਗਾ ਕਿਹੜੀ ਪਾਰਟੀ ਆਪਣੀ ਸਰਕਾਰ ਬਣਾਉਗੀ ਕੱਲਿਆਂ ਨੂੰ ਮਿਲ ਜਾਣਗੀਆਂ ਸਾਰੀਆਂ ਸੀਟਾਂ ਜਾਂ ਫਿਰ ਮਿਲ ਜੁਲ ਕੇ ਗੱਠ ਜੋੜ ਕਰਕੇ ਕੋਈ ਸਰਕਾਰ ਬਣਾਉਗੀ ਵੱਖੋ ਵੱਖ ਪਾਰਟੀਆਂ ਨਾਲ ਮਿਲ ਕੇ ਸੋ ਇਹੀ ਚੋਣਾਂ ਦਾ ਬਾਜ਼ਾਰ ਗਰਮ ਹੈ ਇਹੀ ਚਰਚਾ ਦਾ ਬਾਜ਼ਾਰ ਗਰਮ ਹੈ ਤਾਂ ਲੋਕ ਖਾਂਦੇ ਪੀਂਦੇ ਸੌਂਦੇ ਬੈਂਦੇ ਉੱਠਦੇ ਜਾਗਦੇ ਤੁਰਦੇ ਫਿਰਦੇ ਇਹੀ ਗੱਲਾਂ ਕਰਦੇ ਨੇ ਜਿੱਥੇ ਦੇਖੋ ਸੱਤ ਦੇ ਵਿੱਚ ਦੇਖੋ ਜਿੱਥੇ ਦੇਖੋ ਕਿਤੇ ਬੈਠੇ ਹੋਏ ਦੇਖੋ ਜਿੱਥੇ ਵੀ ਦੇਖੋ ਇਹੀ ਗੱਲਾਂ ਇਹੀ ਚਰਚਾ ਤਾਂ ਕਰਦੇ ਕਹਿੰਦੇ ਨੇ ਭਾਈ ਪਹਿਲਾਂ ਰੋਟੀ ਤਾਂ ਖਾ ਲੈ ਕਿਉਂ ਸਿਰ ਖਪਾਈ ਜਾਣਾ ਤੈਨੂੰ ਵਿੱਚੋਂ ਕੀ ਲੱਭਣਾ ਕਹਿੰਦੇ ਇਹ ਹੀ ਲੱਭਣ ਵਾਸਤੇ ਤਾਂ ਅਸੀਂ ਸਾਰੀਆਂ ਕੋਸ਼ਿਸ਼ਾਂ ਕਰਦੇ ਪਏ ਆ ਇਹ ਹੀ ਲੱਭਣ ਵਾਸਤੇ ਤਾਂ ਅਸੀਂ ਚਰਚਾ ਕਰਦੇ ਪਏ ਆ ਕਿਉਂ ਕਿਉਂਕਿ ਸਾਨੂੰ ਕਿਸਾਨ ਮੋਰਚੇ ਨੇ ਜਗਾ ਦਿੱਤਾ ਤੇ ਹੁਣ ਜਾਗਿਆ ਹੋਇਆ ਇਨਸਾਨ ਸਵਾਲ ਤਾਂ ਪੁੱਛੂਗਾ ਸੁੱਤਾ ਹੋਇਆ ਇਨਸਾਨ ਤਾਂ ਕੁਝ ਵੀ ਨਹੀਂ ਪੁੱਛਦਾ ਪਰ ਜਿਹੜਾ ਜਾਗਰੂਕ ਹੋ ਜਾਏ ਉਹ ਜ਼ਰੂਰ ਪੁੱਛਦਾ ਤੇ ਕਹਿੰਦੇ ਨੇ ਕਿ ਜਦੋਂ ਵੀ ਤੁਹਾਡੇ ਕੋਲ ਕੋਈ ਆਣ ਸਿਆਸੀ ਆਗੂ ਵੋਟਾਂ ਮੰਗਣ ਤੇ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਿਓ ਪੰਜਾਬ ਦੇ ਮੁੱਦਿਆਂ ਦੇ ਉੱਤੇ ਉਹਨਾਂ ਨੂੰ ਪੁੱਛਿਓ ਕਿ ਪਿਛਲੀ ਵਾਰ ਜਦੋਂ ਤੁਸੀਂ ਆਏ ਸੀ ਮੈਨੀਫੈਸਟੋ ਲੈ ਕੇ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਵਿੱਚੋਂ ਕਿੰਨੇ ਪ੍ਰਤੀਸ਼ਤ ਤੁਸੀਂ ਪੂਰੇ ਕੀਤੇ ਨੇ ਜ਼ਰਾ ਬੈਠ ਕੇ ਸਾਨੂੰ ਟਿਕ ਮਾਰਕ ਕਰ ਲੈਣ ਦਿਓ ਫਿਰ ਅਗਲੀ ਗੱਲ ਕਰਦੇ ਆਂ ਤਾਂ ਕੁਝ ਮੁੱਦੇ ਅਜਿਹੇ ਨੇ ਜਿਹੜੇ ਉਹਨਾਂ ਤੋਂ ਪੁੱਛਦੇ ਬਣਦੇ ਨੇ ਕਿਹੜੇ ਮੁੱਦੇ ਪੁੱਛਣੇ ਬਣਦੇ ਨੇ ਆਪਾਂ ਤੁਹਾਡੇ ਨਾਲ ਗੱਲ ਕਰਦੇ ਆਂ ਕਿ ਸਭ ਤੋਂ ਪਹਿਲੀ ਗੱਲ ਹੈ ਕਿ ਅਰਥਚਾਰੇ ਦੀ ਗੱਲ ਕਰਨੀ ਹੈ ਉਹਨਾਂ ਨੂੰ ਪੁੱਛਣਾ ਕਿ ਜਿਹੜਾ ਇੰਨਾ ਕਰਜ਼ਾ ਤੁਸੀਂ ਚੜਾ ਦਿੱਤਾ ਪੰਜਾਬ ਦੇ ਸਿਰ ਤੇ ਸਾਡੇ ਸਾਰਿਆਂ ਦੇ ਸਿਰ ਤੇ ਕਹਿੰਦੇ ਨਾ ਕਿ ਪੰਜਾਬ ਦਾ ਹਰ ਵਸਿੰਦਾ ਹਰ ਪੈਦਾ ਹੋਣ ਵਾਲਾ ਨਵਾਂ ਬੱਚਾ 1 ਲੱਖ ਦਾ ਕਰਜ਼ਾ ਆਪਣੇ ਸਿਰ ਦੇ ਉੱਤੇ ਲੈ ਕੇ ਜੰਮ ਰਿਹਾ ਸਾਡੇ ਸਾਰਿਆਂ ਦੇ ਸਿਰ ਦੇ ਉੱਤੇ ਇੱਕ ਇੱਕ ਲੱਖ ਦਾ ਕਰਜ਼ਾ ਤੇ ਤੁਸੀਂ ਹੋਰ ਵੀ ਕਰਜ਼ਾ ਲੈਣ ਦੀ ਤਿਆਰੀ ਕਰ ਰਹੇ ਹੋ ਤਾਂ ਦੱਸੋ ਇਹ ਲਾਉਣਾ ਕਿਵੇਂ ਹੈ ਤੇ ਲਾਉਣਾ ਕਿੱਥੋਂ ਹੈ ਇਹਦੇ ਵਾਸਤੇ ਤੁਹਾਡੇ ਕੋਲ ਕੋਈ ਸਟ੍ਰੈਟਜੀ ਕੋਈ ਰੋਡ ਮੈਪ ਕੋਈ ਮਾਡਲ ਹੈ ਪਹਿਲਾਂ ਤਾਂ ਤੁਸੀਂ ਇਹ ਦੱਸੋ ਦੂਜੀ ਗੱਲ ਕਿ ਜਿਹੜੇ ਵੱਖ-ਵੱਖ ਖੇਤਰਾਂ ਦੇ ਵਿੱਚ ਮਾਫੀਆ ਸਰਗਰਮ ਹੈ ਉਸ ਮਾਫੀਆ ਨੂੰ ਨਕੇਲ ਕਿਵੇਂ ਪਾਉਣੀ ਹੈ ਕਿਉਂਕਿ ਉਹ ਪੰਜਾਬ ਦੇ ਅਰਥਚਾਰੇ ਨੂੰ ਵੀ ਖਾ ਰਿਹਾ ਪਰ ਪੰਜਾਬ ਦੇ ਸਿਸਟਮ ਨੂੰ ਵੀ ਖਾ ਰਿਹਾ ਹਰ ਪਾਸਿਓਂ ਪੰਜਾਬ ਨੂੰ ਘੁਣ ਵਾਂਗੂ ਚੰਬੜਿਆ ਹੋਇਆ ਤੇ ਪੰਜਾਬ ਨੂੰ ਖਤਮ ਕਰ ਰਿਹਾ ਸਵਾਲ ਦਾ ਜਵਾਬ ਦਿਓ ਕਿ ਇਹ ਮਾਫੀਆ ਕਿੰਨਾ ਦੀ ਸਰਪ੍ਰਸਤੀ ਦੇ ਵਿੱਚ ਐਡਾ ਹਾਵੀ ਹੋ ਗਿਆ ਇੰਨਾ ਵੱਡਾ ਤਾਕਤਵਰ ਗਰੁੱਪ ਬਣ ਗਿਆ ਕਿ ਸਾਡੇ ਸਾਰਿਆਂ ਨੂੰ ਅੱਜ ਤੰਗ ਕਰਦਾ ਇਸ ਦਾ ਵਿjavab ਦਿਓ ਕਿ ਇਹ ਮਾਫੀਏ ਨੂੰ ਤੁਸੀਂ ਨਕੇਲ ਕਿਵੇਂ ਪਾਉਣੀ ਹੈ ਤੀਜਾ ਪੁਆਇੰਟ ਛੋਟੇ ਤੇ ਜਿਹੜੇ ਸਿਮਾਂਤ ਕਿਸਾਨ ਨੇ ਜਿਹੜੇ ਛੋਟੇ-ਛੋਟੇ ਖੇਤ ਲੈ ਕੇ ਬੈਠੇ ਹੋਏ ਨੇ ਕਦੀ ਕਿਸੇ ਨਾਲ ਸਿਰੀ ਰਲ ਜਾਂਦੇ ਨੇ ਕਦੀ ਕਿਸੇ ਤਰ੍ਹਾਂ ਆਪਣਾ ਗੁਜ਼ਾਰਾ ਕਰਦੇ ਨੇ ਇੰਨਾ ਵੀ ਪੈਸਾ ਨਹੀਂ ਕਿ ਮਸ਼ੀਨਰੀ ਖਰੀਦ ਸਕਣ ਇੰਨਾ ਵੀ ਪੈਸਾ ਨਹੀਂ ਕਿ ਢੰਗ ਦੇ ਬੀਜ ਖਰੀਦ ਸਕਣ ਕੋਈ ਖਾਦਾਂ ਖਰੀਦ ਸਕਣ ਕੁਝ ਵੀ ਇੰਨਾ ਨਹੀਂ ਹੈ ਬਿਲਕੁਲ ਐਜ ਦੇ ਉੱਤੇ ਜਿਹਨੂੰ ਆਪਾਂ ਕਹਿੰਦੇ ਆ ਨਾ ਲਿਵਿੰਗ ਔਨ ਦਾ ਐਜ ਉਹ ਇੰਨਾਂ ਦਾ ਹਾਲ ਹੈ ਉਹ ਛੋਟੇ ਤੇ ਸੀਮਾਂਤ ਕਿਸਾਨ ਉਹਨਾਂ ਦੇ ਖੇਤੀਬਾੜੀ ਦੇ ਜਿਹੜੇ ਸਾਰੇ ਕਾਰੋਬਾਰ ਨੇ ਉਹਦੇ ਵਿਕਾਸ ਵਾਸਤੇ ਤੁਸੀਂ ਕੀ ਕਰਨਾ ਹੈ ਕਿਉਂਕਿ ਪੰਜਾਬ ਦੀ ਰੀੜ ਦੀ ਹੱਡੀ ਹੈ ਖੇਤੀ ਤੇ ਵੱਡੇ ਵੱਡੇ ਜਿਹੜੇ ਸਿਆਸੀ ਲੀਡਰਸ ਨੇ ਜਾਂ ਵੱਡੇ ਵੱਡੇ ਜਿਹੜੇ ਕਿਸਾਨ ਨੇ ਜਿੰਨਾਂ ਕੋਲ ਬਹੁਤ ਜ਼ਮੀਨਾਂ ਨੇ ਉਹਨਾਂ ਦੀ ਪકડ ਵੀ ਹੈ ਬਹੁਤ ਰਾਜਨੀਤੀ ਦੇ ਉੱਤੇ ਤੇ ਉਸ ਸਿਸਟਮ ਨੂੰ ਆਪਣੇ ਮੁਤਾਬਿਕ ਚਲਾਉਣ ਦਾ ਜੇਰਾ ਵੀ ਰੱਖਦੇ ਨੇ ਤੇ ਹਿੰਮਤ ਵੀ ਰੱਖਦੇ ਨੇ ਤੇ ਜ਼ੋਰ ਵੀ ਰੱਖਦੇ ਨੇ ਪਰ ਜਿਹੜੇ ਸੀਮਾਂਤ ਕਿਸਾਨ ਛੋਟੇ ਕਿਸਾਨ ਨੇ ਉਹਨਾਂ ਦਾ ਕੀ ਹੱਲ ਹੈ ਉਹਨਾਂ ਦੀਆਂ ਮੁਸੀਬਤਾਂ ਦਾ ਕੀ ਹੱਲ ਹੈ ਇੱਕ ਕਦੋਂ ਤੱਕ ਖੁਦਕੁਸ਼ੀਆਂ ਦਾ ਸਿਲਸਿਲਾ ਚੱਲਦਾ ਰਹਿਣਾ ਪੰਜਾਬ ਦੇ ਵਿੱਚ ਇਹਨਾਂ ਬਾਰੇ ਕਦੀ ਸੋਚਿਆ ਇਹਨਾਂ ਵਾਸਤੇ ਕਿਹੜਾ ਵਿਕਾਸ ਮਾਡਲ ਹੈ ਇਹ ਜਵਾਬ ਦਿਓ ਚੌਥੀ ਗੱਲ ਇਹ ਜਿਹੜਾ ਜ਼ਮੀਨ ਦੇ ਹੀਠਾਂ ਦਾ ਪਾਣੀ ਆ ਪੰਜਾਬ ਦੇ ਵਿੱਚ ਉਹ ਬਿਲਕੁਲ ਹੀਠਾਂ ਤਾਂ ਹੀਠਾਂ ਹੀ ਚਾਈ ਜਾ ਰਿਹਾ ਹੀਠੇ ਦਾ ਹੀਠਾਂ ਹੀ ਚਾਈ ਜਾ ਰਿਹਾ ਇਹਦਾ ਕੀ ਇਲਾਜ ਹੈ ਵਾਤਾਵਰਣ ਤੇ ਅਸਰ ਪੈ ਰਿਹਾ ਇਹਦਾ ਅਸਰ ਜਿਹੜਾ ਖੇਤੀਬਾੜੀ ਤੇ ਪੈ ਰਿਹਾ ਕਿਉਂਕਿ ਸਾਡਾ ਫਸਲੀ ਚੱਕਰ ਜਿਹੜਾ ਝੋਨੇ ਤੇ ਕਣਕ ਦੇ ਵਿੱਚ ਫਸਿਆ ਹੋਇਆ ਸਾਨੂੰ ਹੋਰ ਸਬਸਿਡੀਆਂ ਸਾਨੂੰ ਹੋਰ ਬਜਟ ਸਾਨੂੰ ਹੋਰ ਸਹੂਲਤਾਂ ਕਿਵੇਂ ਦੇਣੀਆਂ ਨੇ ਤਾਂ ਕਿ ਅਸੀਂ ਝੋਨੇ ਤੇ ਕਣਕ ਦੇ ਇਸ ਚੱਕਰ ਵਿੱਚੋਂ ਨਿਕਲ ਕੇ ਵਿਭਿੰਨਤਾ ਵਿੱਚ ਆ ਸਕੀਏ ਡਾਈਵਰਸਿਟੀ ਵਿੱਚ ਆ ਸਕੀਏ ਹੋਰ ਕਈ ਤਰ੍ਹਾਂ ਦੀਆਂ ਫਸਲਾਂ ਉਗਾ ਚੱਕੀਏ ਹੋਰ ਕਈ ਤਰ੍ਹਾਂ ਦੀਆਂ ਫਸਲਾਂ ਦੇ ਫਸਲੀ ਚੱਕਰ ਵਿੱਚ ਪੈ ਸਕੀਏ ਇਹ ਸਹੂਲਤਾਂ ਸਾਨੂੰ ਕਦੋਂ ਦੇਣੀਆਂ ਨੇ ਇਹਦੇ ਵਾਸਤੇ ਕੋਈ ਨਵਾਂ ਬਜਟ ਹੈ ਕਿ ਨਹੀਂ ਹੈ ਐਦਾਂ ਸਾਨੂੰ ਜਵਾਬ ਦਿਓ ਜੀ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਬੁਨਿਆਦੀ ਮੁੱਦਿਆਂ ਦੀ ਜਿਹੜੀ ਤੁਸੀਂ ਸਾਰੀ ਗੱਲਬਾਤ ਕਰਨੀ ਹੈ ਉਹਨਾਂ ਸਿਆਸੀ ਆਗੂਆਂ ਨਾਲ ਜਿਹੜੇ ਤੁਹਾਡੇ ਕੋਲੋਂ ਵੋਟਾਂ ਮੰਗਣ ਆਉਣਗੇ ਅਗਲਾ ਮੁੱਦਾ ਕੀ ਪੁੱਛਣਾ ਉਹਨਾਂ ਨੂੰ ਉਹਨਾਂ ਨੂੰ ਕਹਿਣਾ ਹੈ ਕਿ ਜਿਹੜੀ ਸਾਡੇ ਪੰਜਾਬ ਦੀ ਇੰਡਸਟਰੀ ਹੈ ਉਦਯੋਗਿਕ ਵਿਕਾਸ ਹੈ ਇਹਨੂੰ ਮੁਰ ਤੋਂ ਸੋਜੀਤ ਕਿਵੇਂ ਕਰਨਾ ਹੈ ਕਿਉਂਕਿ ਇੰਡਸਟਰੀਆਂ ਬੰਦ ਹੋ ਗਈਆਂ ਹਨ ਇੰਡਸਟਰੀਆਂ ਇੱਥੋਂ ਦੂਜੀਆਂ ਸਟੇਟਸ ਦੇ ਵਿੱਚ ਚਲੀਆਂ ਗਈਆਂ ਕਿਉਂਕਿ ਦੂਜੇ ਰਾਜਾਂ ਨੇ ਉਹਨਾਂ ਨੂੰ ਬਹੁਤ ਫੈਸਿਲਿਟੀਆਂ ਦਿੱਤੀਆਂ ਸਾਡੀ ਪੰਜਾਬ ਸਰਕਾਰ ਨੇ ਇੰਨੀ ਫੈਸਿਲਿਟੀ ਨਹੀਂ ਦਿੱਤੀ ਇਸ ਕਰਕੇ ਉਹ ਸਾਰੇ ਕਾਰੋਬਾਰੀ ਇੱਥੋਂ ਕਾਰੋਬਾਰ ਬੰਦ ਕਰਕੇ ਦੂਜੇ ਇਲਾਕਿਆਂ ਦੇ ਵਿੱਚ ਦੂਜੇ ਇਲਾਕੇ ਮਤਲਬ ਦੂਜੀਆਂ ਸਟੇਟਸ ਦੇ ਵਿੱਚ ਚਲੇ ਗਏ ਤਾਂ ਕਈ ਵਾਰ ਕਹਿੰਦੇ ਨੇ ਕਿ ਕਈ ਵਾਰ ਇਹ ਵੀ ਪੰਗੇ ਪਏ ਨੇ ਕਿ ਕੁਝ ਸਿਆਸੀ ਆਗੂਆਂ ਨੇ ਉਹਨਾਂ ਇੰਡਸਟਰੀ ਕੋਲੋਂ ਆਪਣਾ ਹਿੱਸਾ ਪੱਤੀ ਮੰਗਿਆ ਤੇ ਉਹਨਾਂ ਨੇ ਮਨ੍ਹਾ ਕਰ ਦਿੱਤਾ ਇਸ ਕਰਕੇ ਉਹਨਾਂ ਦੇ ਉੱਤੇ ਇਹਨਾਂ ਸਿਆਸੀ ਆਗੂਆਂ ਨੇ শিকੰਜਾ ਟਾਈਟ ਕਰ ਦਿੱਤਾ ਹੋਇਆ ਇਤੋਂ ਛੱਡ ਕੇ ਚਲੇ ਗਏ ਮਤਲਬ ਇਹਦਾ ਨਾ ਸਮਝਿਆ ਨੇ ਇਹ ਵੀ ਨਹੀਂ ਸਮਝਿਆ ਕਿ ਪੰਜਾਬ ਨੂੰ ਇਹਦਾ ਨੁਕਸਾਨ ਹੋਏਗਾ ਹਰ ਕੰਮ ਦੇ ਵਿੱਚ ਤੁਹਾਡੀ ਆਪਣੀ ਜੇਬ ਵਿੱਚ ਪੈਸੇ ਆਉਣੇ ਜ਼ਰੂਰੀ ਨੇ ਕਦੀ ਸਟੇਟ ਦਾ ਵੀ ਸੋਚੋ ਇਹ ਜਿਹੜੇ ਇਦਾਂ ਦੇ ਸਿਆਸੀ ਆਗੂ ਨੇ ਨਾ ਜਿਹੜਾ ਸਿਰਫ ਆਪਣਾ ਸੋਚਦੇ ਨੇ ਆਪਣੇ ਪਰਿਵਾਰਾਂ ਦਾ ਸੋਚਦੇ ਨੇ ਸਟੇਟ ਬਾਰੇ ਤਾਂ ਸੋਚਿਆ ਨਹੀਂ ਆਪਣੇ ਪਰਿਵਾਰਾਂ ਦਾ ਤੇ ਆਪਣੀ ਨਿੱਜੀ ਜ਼ਿੰਦਗੀ ਦਾ ਬਹੁਤ ਵਧੀਆ ਸੋਚਿਆ ਉਹਨਾਂ ਨੂੰ ਇਸ ਗੱਲ ਸਮਝ ਨਹੀਂ ਚਾਹੀਦੀਆ ਕਿ ਇੰਡਸਟਰੀ ਨੂੰ ਮੋੜ ਤੋਂ ਸੁਰਜੀਤ ਕਿਵੇਂ ਕਰਨਾ ਹੈ ਕਿਉਂਕਿ ਇਹ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਜਿਨ੍ਹਾਂ ਨੇ ਐਸੀਆਂ ਗਲਤੀਆਂ ਕੀਤੀਆਂ ਨੇ ਵਾਅਕੇ ਜੇ ਪੰਜਾਬ ਨੂੰ ਦਿਲੋਂ ਪਿਆਰ ਕਰਦੇ ਹੋ ਤੇ ਆਪਣੀਆਂ ਗਲਤੀਆਂ ਸੁਧਾਰੋ ਤੇ ਜਵਾਬ ਦਿਓ ਇੰਡਸਟਰੀ ਨੂੰ ਕਿਵੇਂ ਡਿਵੈਲਪ ਕਰਨਾ ਇਹਦੇ ਵਾਸਤੇ ਇਨਵੈਸਟਮੈਂਟ ਕਿੱਥੋਂ ਲੈ ਕੇ ਆਉਣੀ ਹੈ ਅਗਲੀ ਗੱਲ ਜਿਹੜੇ ਪੰਜਾਬ ਦੇ ਨੌਜਵਾਨ ਨੇ ਖਾਸ ਕਰਕੇ ਪੜ੍ਹੇ ਲਿਖੇ ਨੌਜਵਾਨ ਉਹਨਾਂ ਦੇ ਲਈ ਤੁਸੀਂ ਰੋਜ਼ਗਾਰ ਕਿੱਥੋਂ ਲਿਆਉਣੇ ਨੇ ਕਿਉਂਕਿ 5 ਲੱਖ ਨੌਕਰੀਆਂ ਹਰ ਸਾਲ ਦਵਾਂਗੇ ਕਈ ਤਰ੍ਹਾਂ ਦੇ ਐਲਾਨ ਆ ਰਹੇ ਨੇ ਪਰ ਕਿੱਦਾਂ ਸਾਡੇ ਕੋਲ ਵਿਕਾਸ ਮਾਡਲ ਤੇ ਹੋ ਹੈ ਨਹੀਂ ਐਗਰੀਕਲਚਰ ਤੇ ਇੰਡਸਟਰੀ ਦਾ ਜਦੋਂ ਤੱਕ ਆਪਸ ਦੇ ਵਿੱਚ ਸੰਤੁਲਨ ਨਹੀਂ ਬੈਠਦਾ ਤੁਸੀਂ ਰੋਜ਼ਗਾਰ ਪੈਦਾ ਨਹੀਂ ਕਰ ਸਕਦੇ ਖੇਤੀਬਾੜੀ ਸਭ ਨੂੰ ਰੋਜ਼ਗਾਰ ਨਹੀਂ ਦੇ ਸਕਦੀ ਕਈ ਸਰਕਾਰੀ ਸਕੀਮਾਂ ਵੀ ਬਣੀਆਂ ਨੇ ਪਰ ਉਹ ਪੂਰੀ ਤਰ੍ਹਾਂ ਨਾਲ ਇੰਪਲੀਮੈਂਟ ਨਹੀਂ ਹੁੰਦੀਆਂ ਖਰਚੇ ਕਰਨ ਵਾਸਤੇ ਪੈਸਾ ਨਹੀਂ ਹੈ ਬਜਟ ਨਹੀਂ ਹੈ ਇਸ ਕਰਕੇ ਖੇਤੀਬਾੜੀ ਤੋਂ ਜ਼ਿਆਦਾ ਉਮੀਦ ਨਹੀਂ ਕਿ ਤੁਸੀਂ ਇੰਨਾ ਰੋਜ਼ਗਾਰ ਪੈਦਾ ਕਰ ਸਕਦੇ ਹੋ ਤੇ ਫਿਰ ਇੰਡਸਟਰੀ ਵੱਲ ਜਾਓਗੇ ਇੰਡਸਟਰੀ ਤੇ ਪਹਿਲਾਂ ਹੀ ਜਾ ਚੁੱਕੀ ਹੈ ਇੱਥੇ ਹੈ ਨਹੀਂ ਤੇ ਫਿਰ ਰੋਜ਼ਗਾਰ ਕਿਵੇਂ ਪੈਦਾ ਕਰੰਦੇ ਨੇ ਖੇਤੀਬਾੜੀ ਦੇ ਨਾਲ ਜੁੜੇ ਹੋਰ ਕੰਮ ਤੰਦੇ ਜਿਵੇਂ ਪਸ਼ੂ ਪਾਲਣ ਹੋ ਗਿਆ ਦੁੱਧ ਦਾ ਉਤਪਾਦਨ ਹੋ ਗਿਆ ਮੱਛੀਆਂ ਹੋ ਗਈਆਂ ਸ਼ਹਿਦ ਉਤਪਾਦਨ ਹੋ ਗਿਆ ਹੋਰ ਇਦਾਂ ਦੇ ਕਈ ਵਿਕਾਸ ਕਾਰਜ ਕੀਤੇ ਜਾ ਸਕਦੇ ਨੇ ਕਈ ਲੋਕ ਮਸ਼ਰੂਮਜ਼ ਦਾ ਕੰਮ ਵੀ ਕਰਦੇ ਨੇ ਕਈ ਤਰ੍ਹਾਂ ਦੇ ਕੰਮ ਅਪਣਾ ਸਕਦੇ ਹੋ ਤੁਸੀਂ ਪਰ ਪੈਸੇ ਕਿੱਥੋਂ ਆਉਣਗੇ ਇਹ ਵੀ ਤੁਸੀਂ ਸਾਨੂੰ ਜ਼ਰੂਰ ਦੱਸੋ ਇਸ ਕਰਕੇ ਰੋਜ਼ਗਾਰ ਵਾਸਤੇ ਇੰਡਸਟਰੀ ਜ਼ਰੂਰ ਚਾਹੀਦੀ ਹੈ ਕਿਉਂਕਿ ਅਸੀਂ ਮੰਡੀ ਵੱਲ ਪਿੱਠ ਕਰਕੇ ਖੜੇ ਨਹੀਂ ਹੋ ਸਕਦੇ ਸਾਨੂੰ ਓਪਨ ਮਾਰਕੀਟ ਦੇ ਵਿੱਚ ਉਤਰਨਾਈ ਪੈਣਾ ਐਗਰੀਕਲਚਰ ਦੇ ਨਾਲ-ਨਾਲ ਇੰਡਸਟਰੀ ਨੂੰ ਡਿਵੈਲਪ ਕਰਨਾ ਹੀ ਪੈਣਾ ਪਰ ਦੱਸੋ ਕਿਵੇਂ ਕਰੋਗੇ ਰੋਜ਼ਗਾਰ ਪੈਦਾ ਕਰਨ ਵਾਸਤੇ ਤਾਂ ਕਿ ਜੋ ਪੰਜਾਬ ਦੀ ਨੌਜਵਾਨ ਪੀੜ੍ਹੀ ਹੈ ਉਹ ਵਿਦੇਸ਼ਾਂ ਵਿੱਚ ਨਾ ਜਾਵੇ ਪੰਜਾਬ ਦੇ ਵਿੱਚ ਰਹਿ ਕੇ ਹੀ ਕੰਮ ਕਰੇ ਅਗਲਾ ਮੁੱਦਾ ਜਿਹੜਾ ਹੈ ਕਿ ਮਿਆਰੀ ਸਿੱਖਿਆ ਤੇ ਸਿਹਤ ਸਹੂਲਤਾਂ ਤੁਸੀਂ ਕਿਵੇਂ ਪਹੁੰਚਾਉਣੀਆਂ ਨੇ ਆਮ ਸ਼ਹਿਰੀਆਂ ਕੋਲ ਤੇ ਪਿੰਡਾਂ ਵਿੱਚ ਵੀ ਤੇ ਨਾਲ ਦੇ ਨਾਲ ਜਿਹੜੇ ਸਰਹੱਦ ਦੀ ਪਿੰਡ ਨੇ ਜਿਹੜੇ ਪਾਕਿਸਤਾਨ ਬਾਰਡਰ ਦੇ ਨਾਲ ਲੱਗਦੇ ਨੇ ਸੋ ਕਿਵੇਂ ਤੁਸੀਂ ਉਹਨਾਂ ਤੱਕ ਇਹ ਸਾਰੀਆਂ ਸਹੂਲਤਾਂ ਪਹੁੰਚਾਉਣੀਆਂ ਨੇ ਕਿਉਂਕਿ ਰਿਪੋਰਟਸ ਇਹ ਕਹਿੰਦੀਆਂ ਨੇ ਕਿ ਨਹੀਂ ਪਹੁੰਚੀਆਂ ਉਹ ਸਹੂਲਤਾਂ ਜੋ ਉਹਨਾਂ ਤੱਕ ਪਹੁੰਚਣੀਆਂ ਚਾਹੀਦੀਆਂ ਸੀ ਜੋ ਖਾਸ ਕਰਕੇ ਸਰਹੱਦੀ ਪਿੰਡ ਨੇ ਤੇ ਪੰਜਾਬ ਦੇ ਕਈ ਐਸੇ ਦੂਰ ਦੁਰਾਡੇ ਦੇ ਪਿੰਡ ਨੇ ਜਿੱਥੇ ਨਾ ਤੇ ਸੜਕ ਪਹੁੰਚੀ ਹੈ ਤੇ ਨਾ ਸਕੂਲ ਪਹੁੰਚੇ ਨੇ ਤੇ ਨਾ ਹਸਪਤਾਲ ਪਹੁੰਚੇ ਨੇ ਨਾ ਡਾਕਟਰ ਪਹੁੰਚੇ ਨੇ ਨਾ ਅਧਿਆਪਕ ਪਹੁੰਚੇ ਨੇ ਆਜ਼ਾਦੀ ਦੇ 75 ਵਰਿਆਂ ਬਾਅਦ ਵੀ ਇਹ ਹਾਲ ਹੈ ਤੇ ਤੁਸੀਂ ਦੱਸੋ ਤੁਸੀਂ ਕਿਹੜੇ ਵਿਕਾਸ ਦੀ ਗੱਲ ਕਰ ਰਹੇ ਹੋ ਕਿੱਥੇ ਤੱਕ ਪਹੁੰਚਣ ਦੀ ਗੱਲ ਕਰ ਰਹੇ ਹੋ ਉਹਨਾਂ ਵੱਲ ਧਿਆਨ ਦਿਓ ਸਿਰਫ ਆਪਣੀਆਂ ਸਿਆਸੀ ਗੋਟੀਆਂ ਫਿੱਟ ਕਰਨ ਵੱਲ ਨਾ ਲੱਗੇ ਰਹੋ ਕਿ ਮੈਂ ਕਿਹੜੀ ਕੁਰਸੀ ਲੈਣੀ ਹੈ ਤੇ ਮੈਂ ਕਿਹੜਾ ਅਹੁਦਾ ਲੈਣਾ ਮੈਂ ਕਿਹੜੀ ਪਾਰਟੀ 'ਚ ਜਾਣਾ ਤੇ ਮੇਰੀ ਦਾਲ ਕਿੱਥੇ ਗਲਦੀ ਹੈ ਸਾਰਾ ਦਿਨ ਇਹ ਹੀ ਨਹੀਂ ਸੋਚੀ ਜਾਣਾ ਪੰਜਾਬ ਦੇ ਲੋਕਾਂ ਦਾ ਵੀ ਸੋਚੋ ਇਸੇ ਕਰਕੇ ਤੁਹਾਨੂੰ ਵੋਟਾਂ ਪਾ ਕੇ ਤੁਹਾਨੂੰ ਉਹਨਾਂ ਕੁਰਸੀਆਂ ਦੇ ਬਿਠਾਉਨੇ ਆ ਜਿਦੇ ਵਿੱਚ ਤਾਕਤ ਹੁੰਦੀ ਹੈ ਉਹ ਸਭ ਕਾਰਜ ਕਰਨ ਦੀ ਜੋ ਪੰਜਾਬ ਦੀ ਜਨਤਾ ਦੇ ਵਾਸਤੇ ਲੜਿੰਦੇ ਨੇ ਅਗਲਾ ਮੁੱਦਾ ਲੈ ਲਓ ਅਗਲਾ ਮੁੱਦਾ ਹੈ ਜੀ ਕਿ ਲੋਕਾਂ ਨੂੰ ਭ੍ਰਸ਼ਟਾਚਾਰ ਮੁਕਤ ਪ੍ਰਸ਼ਾਸਨ ਕਿਵੇਂ ਦੇਣਾ ਹੁਣ ਤੁਸੀਂ ਦੱਸੋ ਭ੍ਰਸ਼ਟਾਚਾਰ ਦੀ ਤੇ ਗੱਲ ਤੁਸੀਂ ਆਪ ਹੀ ਕਰਦੇ ਪਏ ਹੋ ਕਿਸੇ ਨੂੰ ਕਹਿੰਦੇ ਹੋ 1000 ਰੁਪਏ ਮਹੀਨਾ ਦਵਾਂਗੇ ਕੋਈ ਕਹਿੰਦਾ 2000 ਮਹੀਨਾ ਦਵਾਂਗੇ ਕੋਈ ਕਹਿੰਦਾ ਜੀ ਤੁਹਾਨੂੰ ਸਕੂਟਰ ਦਵਾਂਗੇ ਕੋਈ ਕਹਿੰਦਾ ਜੀ ਤੁਹਾਨੂੰ ਫੈਸਿਲਿਟੀ ਦਵਾਂਗੇ ਮੁਫਤ ਦੀਆਂ ਬੱਸਾਂ ਮੁਫਤ ਦੇ ਕਿਰਾਏ ਇਹ ਸਭ ਕੁਝ ਆਉਣਾ ਕਿੱਥੋਂ ਹੈ ਇਹ ਟੈਕਸ ਪੇਅਰਸ ਦੀ ਮਨੀ ਹੈ ਇਹ ਜੋ ਤੁਸੀਂ ਮੁਫਤ ਦੀਆਂ ਚੀਜ਼ਾਂ ਵੰਡ ਕੇ ਪੰਜਾਬ ਦੇ ਲੋਕਾਂ ਨੂੰ ਮੁਫਤ ਖੋਰਾ ਬਣਾਉਂਦੇ ਪਏ ਹੋ ਕਾਦੇ ਵਾਸਤੇ ਪੰਜਾਬ ਦੇ ਲੋਕ ਕੋਈ ਮੁਫਤ ਖੋਰੇ ਤਾਂ ਹੈ ਨਹੀਂ ਤੇ ਨਾ ਉਹਨਾਂ ਨੇ ਬਣਨਾ ਕਿਸਾਨਾਂ ਦੇ ਅਕਾਊਂਟ 'ਚ ਇੰਨੇ-ਇੰਨੇ ਪੈਸੇ ਜਮ੍ਹਾਂ ਕਰਵਾਵਾਂਗੇ ਉਹ ਬਈ ਜੋ ਉਹਨਾਂ ਦੀਆਂ ਬੁਨਿਆਦੀ ਸਮੱਸਿਆਵਾਂ ਨੇ ਉਹ ਹੱਲ ਕਰੋ ਆ ਥੋੜੇ-ਬਹੁਤ ਪੈਸੇ ਜਿਹੜੇ ਤੁਸੀਂ ਭੇਜ ਵੀ ਦੇਵੋਗੇ ਉਹਨਾਂ ਦੇ ਅਕਾਊਂਟ ਦੇ ਵਿੱਚ ਉਹਨਾਂ ਨਾਲ ਬਣਨਾ ਕੀ ਆ ਆ ਜਿਹੜੇ ਤੁਸੀਂ ਹਜ਼ਾਰ-ਹਜ਼ਾਰ 2-2 ਹਜ਼ਾਰ ਦੀ ਤੁਸੀਂ ਫ੍ਰੀ ਬੀਜ਼ ਪੋਲਿਟਿਕਸ ਦਿੰਦੇ ਪਏ ਹੋ ਇਹ ਜਿਹੜੀਆਂ ਤੁਸੀਂ ਲਾਲਚ ਦੇ ਤਹਿਤ ਰਕਮਾਂ ਅਨਾਉਂਸ ਕਰਦੇ ਪਏ ਹੋ ਕੀ ਟੈਕਸ ਪੇਅਰਸ ਦੀ ਮਨੀ ਇੱਧਰ ਕਿਉਂ ਲਾਉਣੀ ਆ ਵਿਕਾਸ 'ਵਲ ਲਗਾਓ ਨਾ ਤਾਂ ਸਾਰਿਆਂ ਨੂੰ ਰੋਜ਼ਗਾਰ ਮਿਲੇਗਾ ਤਾਂ ਤੁਹਾਨੂੰ ਕਿਸੇ ਨੂੰ ਕੋਈ ਪੈਸਾ ਦੇਣ ਦੀ ਲੋੜ ਨਹੀਂ ਪੈਣੀ ਸਭ ਆਪਣੀ ਕਮਾਈ ਆਪ ਕਰ ਸਕਦੇ ਨੇ ਜ਼ਰੂਰਤ ਹੈ ਉਹਨਾਂ ਵਾਸਤੇ ਮੌਕੇ ਪੈਦਾ ਕਰੋ ਇਹ ਕਿਵੇਂ ਪੈਦਾ ਕਰਨੇ ਨੇ ਇਸ ਦਾ ਜਵਾਬ ਦਿਓ ਤਾਂ ਹੀ ਤੁਸੀਂ ਵੋਟਾਂ ਲੈਣ ਆਏ ਹੋ ਨਾ ਤੇ ਅਸੀਂ ਵੋਟਾਂ ਤੁਹਾਨੂੰ ਦੇਵਾਂਗੇ ਪਰ ਤੁਹਾਨੂੰ ਇਹ ਦੱਸਣਾ ਪਏਗਾ ਕਿ ਇਹ ਸਭ ਚੀਜ਼ਾਂ ਤੁਸੀਂ ਕਿਵੇਂ ਕਰਨੀਆਂ ਨੇ ਤੇ ਹੁਣ ਆਪਾਂ ਸਿਆਸੀ ਆਗੂਆਂ ਨੇ ਅਗਲੀ ਗੱਲ ਪੁੱਛਣੀ ਆ ਅਗਲੀ ਗੱਲ ਇਹ ਹੈ ਜੀ ਕਿ ਇੱਕ ਐਮਐਲਏ ਕਿੰਨੀਆਂ ਹੀ ਪੈਨਸ਼ਨਾਂ ਲੈਂਦਾ ਜਿੰਨੀ ਵਾਰ ਐਮਐਲਏ ਬਣਦਾ ਉੰਨੀਆਂ ਪੈਨਸ਼ਨਾਂ ਲੈਂਦਾ ਕਾਦੇ ਵਾਸਤੇ ਭਈ ਇਹ ਬੰਦ ਕਿਉਂ ਨਹੀਂ ਕਰਨੀਆਂ ਕਾਦੇ ਵਾਸਤੇ ਲੈ ਰਹੇ ਹੋ ਜਿੰਨਾ ਕੰਮ ਕਰਦੇ ਹੋ ਉਹਨੇ ਪੈਸੇ ਲਾਓ ਨਾ ਕਹਿਆ ਜਾਂਦਾ ਨਾ ਕਿ ਇੱਕ ਬੰਦੇ ਨੂੰ ਇੱਕ ਅਹੁਦਾ ਮਿਲਣਾ ਚਾਹੀਦਾ ਤੇ ਇੱਕ ਬੰਦੇ ਨੂੰ ਇੱਕ ਤਨਖਾਹ ਮਿਲਣੀ ਚਾਹੀਦੀ ਆ ਤੇ ਫਿਰ ਤੁਸੀਂ 4-4 5-5 ਪੈਨਸ਼ਨਾਂ ਲੈਂਦੇ ਪਏ ਹੋ ਤੇ ਬਾਕੀ ਥਾਂ ਤੇ ਦੇਖੋ ਉੱਥੇ ਖਾਣ ਪੀਣ ਦੇ ਲਾਲੇ ਪਏ ਹੋਏ ਨੇ ਰੋਜੀ ਰੋਟੀ ਨਹੀਂ ਤੁਰਦੀ ਏ ਤੁਸੀਂ ਪੰਜਾਬ ਦੇ ਹਿੱਤ ਦੇ ਵਿੱਚ ਉਹ ਸਾਰੀਆਂ ਪੈਨਸ਼ਨਾਂ ਸਰੈਂਡਰ ਕਿਉਂ ਨਹੀਂ ਕਰ ਦਿੰਦੇ ਜਿਹੜੀਆਂ ਤੁਹਾਡੀ ਲੋੜ ਤੋਂ ਵੱਧ ਨੇ ਲੋੜਾਂ ਤਾਂ ਕਿੰਨੀਆਂ ਵੀ ਵਧਾਈਆਂ ਜਾ ਸਕਦੀਆਂ ਨੇ ਅੱਜ ਕਾਰ ਹੈ ਤੇ ਕੱਲ ਨੂੰ ਕਹੋਗੇ ਹੈਲੀਕਾਪਟਰ ਲੈਣਾ ਅਸੀਂ ਆਪ ਉੱਡਦੇ ਜਾਈਏ ਪਰ ਇਹ ਗੱਲਾਂ ਗਲਤ ਨੇ ਇਸ ਕਰਕੇ ਜ਼ਰੂਰੀ ਤੌਰ ਤੇ ਇਸ ਗੱਲ ਸੋਚਣੀ ਮਣਦੀ ਹੈ ਤੁਹਾਡੀ ਕਿ ਕਿੰਨੀਕ ਪੈਨਸ਼ਨਾਂ ਲੈਣੀਆਂ ਨੇ ਉਨੀਆਂ ਲਵੋ ਜਿੰਨੀ ਲੋਡ ਹੈ ਬਾਕੀ ਖਜ਼ਾਨੇ ਦੇ ਉੱਤੇ ਬੋਝ ਨਾ ਪਾਓ ਤੇ ਇਹ ਪੈਸਾ ਸਰੈਂਡਰ ਕਰੋ ਤਾਂ ਕਿ ਬਾਕੀਆਂ ਦੇ ਵੀ ਕੰਮ ਆਵੇ ਅਸੀਂ ਦੇਖਦੇ ਆ ਕਿ ਪੰਜਾਬ ਦੇ ਅੰਦਰ ਬੇਰੋਜ਼ਗਾਰੀ ਕਿਉਂ ਹੈ ਪੂਰੀ ਦੁਨੀਆ ਦੇ ਅੰਦਰ ਬੇਰੋਜ਼ਗਾਰੀ ਕਿਉਂ ਹੈ ਇਹ ਗਰੀਬੀ ਕਿਉਂ ਹੈ ਕਿਉਂਕਿ ਇੱਕ ਬੰਦੇ ਨੂੰ ਲੱਖ ਲੱਖ 2-2 ਲੱਖ ਦਿਨ 3 ਲੱਖ 5-5 ਲੱਖ ਤਨਖਾਹ ਮਿਲਦੀ ਹੈ ਤੇ ਇੱਕ ਨੂੰ 10000 ਰੁਪਏ ਮਹੀਨਾ ਬਣਦਾ ਤੇ ਇਹ ਗੈਪ ਤਾਂ ਇੰਨਾ ਜ਼ਿਆਦਾ ਹੈ ਤੇ ਗਰੀਬੀ ਦੂਰ ਕਿੱਥੋਂ ਹੋਣੀ ਹੈ ਸਾਰਿਆਂ ਨੂੰ ਕਮ ਸੇ ਕਮ ਇਹਨਾਂ ਤਾਂ ਸੋਚਣਾ ਚਾਹੀਦਾ ਕਿ ਮੈਂ 5-5 ਲੱਖ ਜਾਂ 3-3 ਲੱਖ ਜਾਂ 2-2 ਲੱਖ ਜਾਂ 1-1 ਲੱਖ ਰੁਪਇਆ ਕਿਉਂ ਲੈਣਾ ਪਿਆ ਮੈਂ ਘਾਟੇ 'ਚ guzara ਕਰ ਸਕਦਾ ਯਾਰ ਤਾਂ ਕਿ ਮੈਂ ਬਾਕੀ ਰਕਮ ਸਰੈਂਡਰ ਕਰ ਦਵਾਂ ਉਹ ਪੈਸਾ ਦੂਜਿਆਂ ਨੂੰ ਤਨਖਾਹ ਦੇਣ ਦੇ ਕੰਮ ਆਊਗਾ ਕਿਉਂਕਿ ਰੋਜ਼ਗਾਰ ਕਿਉਂ ਨਹੀਂ ਕਿਉਂਕਿ ਤਨਖਾਹ ਦੇਣ ਵਾਸਤੇ ਪੈਸੇ ਨਹੀਂ ਤੇ ਜਦੋਂ ਤੁਸੀਂ ਵੱਡੇ ਵੱਡੀਆਂ ਤਨਖਾਹਾਂ ਲੈਣ ਵਾਲੇ ਆਪਣੀ ਕਾਫੀ ਤਨਖਾਹ ਸਰੈਂਡਰ ਕਰ ਦਿੰਦੇ ਹੋ ਆਪਣੀਆਂ ਲੋੜਾਂ ਨੂੰ ਸੀਮਤ ਕਰ ਲੈਂਦੇ ਹੋ ਤਾਂ ਉਹ ਪੈਸਾ ਖਜ਼ਾਨੇ 'ਚ ਬਚ ਜਾਂਦਾ ਤੇ ਉਸ ਦੇ ਨਾਲ ਹੋਰ ਰੋਜ਼ਗਾਰ ਜਨਰੇਟ ਹੋ ਜਾਏਗਾ ਤਨਖਾਹਾਂ ਮਿਲਣ ਲੱਗ ਜਾਣਗੀਆਂ ਤੇ ਕੰਮ ਦੀ ਤਾਂ ਕਮੀ ਹੈ ਨਹੀਂ ਕੰਮ ਤਾਂ ਬਹੁਤ ਹੈ ਤੁਸੀਂ ਦੇਖਦੇ ਹੋ ਦਫ਼ਤਰਾਂ ਦੇ ਵਿੱਚ ਥੋੜੇ ਜਿਹਾ ਸਟਾਫ ਦੇ ਉੱਤੇ ਬਹੁਤਾ ਬੋਝ ਪਾਇਆ ਹੋਇਆ ਹੈ ਕਾਦੇ ਵਾਸਤੇ ਸੀਟਾਂ ਖਾਲੀ ਨੇ ਭਰਤੀ ਕਰਨ ਵਾਸਤੇ ਉਹ ਜਿਹੜੀਆਂ ਸੀਟਾਂ ਖਾਲੀ ਨੇ ਉਹਦੇ ਉੱਤੇ ਤੁਸੀਂ ਕੋਈ ਭਰਤੀ ਨਹੀਂ ਕਰਦੇ ਪਰ ਕਿਉਂ ਤੁਹਾਡੇ ਕੋਲ ਪੈਸਾ ਨਹੀਂ ਹੈ ਪਰ ਜੇ ਤੁਸੀਂ ਵੱਡੀਆਂ ਵੱਡੀਆਂ ਤਨਖਾਹਾਂ ਲੈਣ ਵਾਲੇ ਆ ਮਨਿਸਟਰ ਵੀ ਬਹੁਤ ਵੱਡੀਆਂ ਵੱਡੀਆਂ ਆਪਣੀਆਂ ਤਨਖਾਹਾਂ ਲੈਂਦੇ ਨੇ ਜੇ ਉਹਨੀਆਂ ਹੀ ਲੈਣ ਜਿੰਨੀ ਲੋੜ ਹੈ ਬਾਕੀ ਸਰੈਂਡਰ ਕਰ ਦੇਣ ਉਹ ਰਹੇਗੀ ਸਾਰੀ ਦੀ ਸਾਰੀ ਰਕਮ ਖਜ਼ਾਨੇ ਦੇ ਵਿੱਚ ਤੇ ਉੱਥੋਂ ਹੋਰ ਲੋਕਾਂ ਨੂੰ ਤਨਖਾਹ ਦਿੱਤੀ ਜਾ ਸਕਦੀ ਹੈ ਕੰਮ ਤਾਂ ਸਾਡੇ ਕੋਲ ਬਥੇਰਾ ਤੇ ਨੌਕਰੀਆਂ ਦਿੱਤੀਆਂ ਜਾ ਸਕਦੀਆਂ ਨੇ ਉਹ ਖਾਲੀ ਥਾਵਾਂ ਵੀ ਭਰੀਆਂ ਜਾ ਸਕਦੀਆਂ ਨੇ ਜਿੱਥੇ ਅਸਾਮੀਆਂ ਦੀ ਲੋੜ ਹੈ ਤਾਂ ਕਿਉਂ ਨਹੀਂ ਇਦਾਂ ਕਰਦੇ ਹੋ ਕਿਉਂ ਨਹੀਂ ਤੁਸੀਂ ਆਪਣੇ ਆਪ ਨੂੰ ਥੋੜਾ ਇਦਾਂ ਸਮੇਟ ਕੇ ਚੱਲਦੇ ਕਿ ਲੋਕਾਂ ਨੇ ਤਾਂ ਆਪਣੀ ਜਾਨ ਤੱਕ ਦੇ ਦਿੱਤੀ ਸਾਡੇ ਸ਼ਹੀਦਾਂ ਨੇ ਆਪਣੀ ਜਾਨ ਤੱਕ ਦੇ ਦਿੱਤੀ ਦੇਸ਼ ਵਾਸਤੇ ਤੁਸੀਂ ਤਾਂ ਆਪਣੀ ਤਨਖਾਹ ਦਾ ਕੁਝ ਪਰਸੈਂਟੇਜ ਹੀ ਸਰੈਂਡਰ ਕਰਨਾ ਹੈ ਉਹ ਵੀ ਇਸ ਵਾਸਤੇ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਰੋਜ਼ਗਾਰ ਜਨਰੇਟ ਹੋ ਸਕੇ ਜਿਹੜਾ ਪੈਸੇ ਦੀ ਕਮੀ ਦੇ ਕਾਰਨ ਜਨਰੇਟ ਨਹੀਂ ਹੋ پا ਰਹੇ ਉਹਦੇ ਵਾਸਤੇ ਕੀ ਮਾਡਲ ਹੈ ਜ਼ਰੂਰ ਦੱਸੋ ਅਗਲੀ ਗੱਲ ਤੁਹਾਨੂੰ ਇਹ ਪੁੱਛਣੀ ਚਾਹੁੰਦੇ ਹਾਂ ਕਿ ਜਿਹੜਾ ਤੁਸੀਂ ਪ੍ਰਸ਼ਾਸਨ ਦਾ ਪੁਲਿਸ ਦਾ ਸਮਾਜ ਦਾ ਸਿਆਸੀਕਰਨ ਕਰਕੇ ਰੱਖ ਦਿੱਤਾ ਹੈ ਏਜੰਸੀਆਂ ਦਾ ਸਿਆਸੀਕਰਨ ਕਰਕੇ ਰੱਖ ਦਿੱਤਾ ਹੈ ਉਹ ਕਦੋਂ ਛੁਟਕਾਰਾ ਮਿਲੇਗਾ ਉਹਨਾਂ ਸਿਆਸੀਕਰਨ ਵਾਲੀਆਂ ਵਿਉਂਤਬੰਦੀਆਂ ਤੋਂ ਤੁਸੀਂ ਏਜੰਸੀਜ਼ ਨੂੰ ਆਪਣੇ ਸਿਆਸੀ ਲਾਹੇ ਲੈਣ ਵਾਸਤੇ ਇਸਤੇਮਾਲ ਕਰਦੇ ਹੋ ਆਪਣੇ ਸਿਆਸੀ ਲਾਭ ਵਾਸਤੇ ਇਸਤੇਮਾਲ ਕਰਦੇ ਹੋ ਪੁਲਿਸ ਨੂੰ ਇਸਤੇਮਾਲ ਕਰਦੇ ਹੋ ਇਹ ਕਿਉਂ ਨਹੀਂ ਨਿਰਪੱਖ ਹੋ ਕੇ ਉਹਨਾਂ ਨੂੰ ਕੰਮ ਕਰਨ ਦਿੰਦੇ ਕਿਉਂਕਿ ਸੰਵਿਧਾਨ ਦੇ ਮੁਤਾਬਿਕ ਤਾਂ ਇੰਨਾ 에ਜੰਸੀਆਂ ਨੇ ਨਿਰਪੱਖ ਹੋ ਕੇ ਕੰਮ ਕਰਨਾ ਪਰ ਤੁਸੀਂ ਆਪਣੀ ਪਾਵਰ ਦੇ ਆਪਣੀ ਸੱਤਾ ਦੇ ਜੋਸ਼ ਦੇ ਵਿੱਚ ਉਹਨਾਂ ਨੂੰ ਆਪਣੇ ਮੁਤਾਬਿਕ ਇਸਤੇਮਾਲ ਕਰਦੇ ਹੋ ਤਨਖਾਹਾਂ ਤਾਂ ਇੱਕ ਪਾਸੇ ਰਹਿ ਗਈਆਂ ਇਨਾਂ ਨੂੰ ਕਿਹੜੀਆਂ-ਕਿਹੜੀਆਂ ਪੋਸਟਾਂ ਦੇਣੀਆਂ ਨੇ ਉਹਦੇ ਉੱਤੇ ਵੀ ਸਿਆਸੀਕਰਨ ਸ਼ੁਰੂ ਹੋ ਜਾਂਦਾ ਕਿੱਥੇ ਮੇਰਾ ਬੰਦਾ ਫਿੱਟ ਹੋਏਗਾ ਕਿਉਂਕਿ ਮੈਂ ਉਹਦੇ ਕੋਲੋਂ ਆਪਣੇ ਕੰਮ ਕਰਵਾਉਣੇ ਨੇ ਕਿੱਥੇ ਮੇਰਾ ਬੰਦਾ ਫਿੱਟ ਹੋਏਗਾ ਉਹਦੇ ਕੋਲੋਂ ਮੈਂ ਆਪਣੇ ਹੀ ਕੰਮ ਕਰਵਾਉਣੇ ਨੇ ਕਈ ਵਾਰ ਸੈਂਟਰ ਕਹਿੰਦੀ ਹੈ ਕਿ ਅਸੀਂ ਇਸ ਬੰਦੇ ਨੂੰ ਤੁਹਾਡਾ ਆਫੀਸਰ ਬਣਾ ਕੇ ਭੇਜ ਰਹੇ ਹਾਂ ਸਟੇਟ ਕਹਿੰਦੀ ਹੈ ਕਿ ਜੇ ਇਹਨੂੰ ਭੇਜਿਆ ਅਸੀਂ ਕੋਰਟ 'ਚ ਜਾਵਾਂਗੇ ਤੁਹਾਡੇ ਖਿਲਾਫ ਅਸੀਂ ਕੇਸ ਕਰਾਂਗੇ ਕਿ ਤੁਸੀਂ ਨਹੀਂ ਭੇਜ ਸਕਦੇ ਹੋ ਕਈ ਕਹਿੰਦੇ ਨੇ ਕਿ ਮੁੱਦੇ ਹੀ ਬਦਲ ਦਿਓ ਬਿਲ ਐਸੇ ਪਾਸੇ ਪਾਸ ਕਰ ਦਿਓ ਕਿ ਜਿਹੜਾ ਸੈਂਟਰ ਵੱਲੋਂ ਰੂਲ ਆਏਗਾ ਉਹੀ ਬੰਦਾ ਤੁਹਾਨੂੰ ਰੱਖ ਸਟੇਟ ਕਹਿੰਦੀ ਹੈ ਕਿ ਨਹੀਂ ਇਹ ਸਾਨੂੰ ਸੂਟ ਨਹੀਂ ਕਰਦਾ ਉਹ ਸੂਟ ਤਾਂ ਸਭ ਨੂੰ ਕਰਦਾ ਲੋਕਾਂ ਨੂੰ ਉਹ ਸੂਟ ਕਰਦਾ ਪੰਜਾਬ ਦੇ ਲੋਕਾਂ ਨੂੰ ਸੂਟ ਕਰਦਾ ਉਹ ਆਫੀਸਰ ਕਿਉਂਕਿ ਉਹਨੇ ਦੇ ਸੰਵਿਧਾਨ ਦੇ ਮੁਤਾਬਿਕ ਕੰਮ ਕਰਨਾ ਪਰ ਇਹ ਤੁਹਾਨੂੰ ਸੂਟ ਨਹੀਂ ਕਰਦਾ ਕਿਉਂਕਿ ਤੁਹਾਡੇ ਜਿਹੜੇ ਸਿਆਸੀ ਫਾਇਦੇ ਤੁਸੀਂ ਲੈਣਾ ਚਾਹੁੰਦੇ ਹੋ ਉਸ ਬੰਦੇ ਕੋਲੋਂ ਜਿਹੜੇ ਆਪਣੇ ਕੰਮ ਕਰਵਾਉਣਾ ਚਾਹੁੰਦੇ ਹੋ ਉਹ ਬੰਦਾ ਉਹ ਕੰਮ ਕਰਦਾ ਨਹੀਂ ਇਸ ਕਰਕੇ ਤੁਹਾਨੂੰ ਉਹ ਸੂਟ ਨਹੀਂ ਕਰਦਾ ਪਰ ਜਿਹੜਾ ਤੁਹਾਡੇ ਉਹ ਕੰਮ ਕਰਦਾ ਉਹ ਤੁਹਾਨੂੰ ਸੂਟ ਕਰਦਾ ਇਹ ਗੱਲ ਜ਼ਰਾ ਸੋਚੋ ਦੇਸ਼ ਨੂੰ ਸੂਟ ਕਰੇ ਦੇਸ਼ ਦੇ ਲੋਕਾਂ ਨੂੰ ਸੂਟ ਕਰੇ ਇਹ ਗੱਲਾਂ ਕਦੋਂ ਛੱਡਣੀਆਂ ਨੇ ਇਹਦਾ ਵੀ ਜਵਾਬ ਦਿਓ ਅਗਲਾ ਮੁੱਦਾ ਇਹ ਹੈ ਜੀ ਕਿ ਅਸੀਂ ਸਮਝਦੇ ਹਾਂ ਕਈ ਵਾਰ ਦੇਖਦੇ ਹਾਂ ਔਰ ਮਾਹਿਰ ਮੰਨਦੇ ਨੇ ਕਿ ਜੋ ਸੈਂਟਰ ਗਵਰਨਮੈਂਟ ਹੈ ਉਹਦਾ ਜ਼ਿਆਦਾ ਦਬਾਅ ਰਹਿੰਦਾ ਹੈ ਸਟੇਟ ਗਵਰਨਮੈਂਟ ਦੇ ਉੱਤੇ। ਦੀ ਸਟੇਟ ਗਵਰਨਮੈਂਟ ਨੂੰ ਖੁਦ ਮੁਖਤਾਰੀ ਕਿਵੇਂ ਮਿਲੇ? ਹਰ ਗੱਲ ਪਿੱਛੇ ਉਹਨੂੰ ਸੈਂਟਰ ਵੱਲ ਦੇਖਣਾ ਪੈਂਦਾ ਠੀਕ ਹੈ ਦੇਖਣਾ ਚਾਹੀਦਾ ਵੀ ਕਿਉਂਕਿ ਮਾਈ ਬਾਪ ਹੈ ਸਾਡੀ ਸੈਂਟਰ ਪਰ ਜੋ ਸੰਵਿਧਾਨ ਦੇ ਮੁਤਾਬਿਕ ਜੋ ਅਖਤਿਆਰਾਤ ਦਿੱਤੇ ਗਏ ਨੇ ਸਟੇਟ ਗਵਰਨਮੈਂਟਸ ਨੂੰ ਉਹ ਪੂਰੀ ਤਰ੍ਹਾਂ ਐਕਸਰਸਾਈਜ਼ ਕਿਉਂ ਨਹੀਂ ਹੋ پا ਰਹੇ ਕਿਉਂ ਸਟੇਟ ਗਵਰਨਮੈਂਟ ਦੇ ਉੱਤੇ ਉਹ ਪ੍ਰੈਸ਼ਰ ਰਹਿੰਦਾ ਹੈ ਸੈਂਟਰ ਗਵਰਨਮੈਂਟ ਦਾ ਕਿ ਸਟੇਟ ਗਵਰਨਮੈਂਟ ਆਜ਼ਾਦੀ ਮਹਿਸੂਸ ਨਹੀਂ ਕਰਦੀ ਆਜ਼ਾਦ ਦੇਸ਼ ਦੇ ਵਿੱਚ ਹੁੰਦੇ ਹੋਏ ਆਜ਼ਾਦ ਲੋਕਾਂ ਦੁਆਰਾ ਚੁਣੀ ਹੋਈ ਇੱਕ ਆਜ਼ਾਦ ਸਰਕਾਰ ਆਜ਼ਾਦੀ ਫੀਲ ਨਹੀਂ ਕਰਦੀ ਭਈ ਕਿਉਂ ਸੈਂਟਰ ਉਹਨੂੰ ਆਪਣੇ ਸ਼ਿਕੰਜੇ 'ਚ ਕਿਉਂ ਰੱਖਣਾ ਚਾਹੁੰਦੀ ਹੈ ਇਸ ਕਰਕੇ ਸਟੇਟ ਨੂੰ ਪੰਜਾਬ ਨੂੰ ਕਦੋਂ ਸੈਂਟਰ ਤੋਂ ਖੁਦ ਮੁਖਤਿਆਰੀ ਮਿਲੇ ਇਹਦੇ ਵਾਸਤੇ ਵੀ ਗੱਲ ਹੋਣੀ ਚਾਹੀਦੀ ਕਿਉਂਕਿ ਇਹ ਮਾਹਰ ਮੰਨਦੇ ਨੇ ਕਿ ਖੁਦਮੁਖਤਾਰੀ ਉਸਤਰਾ ਨਹੀਂ ਮਿਲ ਰਹੀ ਜਿਸ ਦਾ ਸੰਵਿਧਾਨ ਦੇ ਮੁਤਾਬਿਕ ਮਿਲਣੀ ਚਾਹੀਦੀ ਹੈ ਕੁਝ ਨਾ ਕੁਝ ਪੋਲਿਟੀਕਲ ਪ੍ਰੈਸ਼ਰਸ ਰਹਿੰਦੇ ਨੇ ਉਹ ਪੋਲਿਟੀਕਲ ਪ੍ਰੈਸ਼ਰਸ ਕਿਉਂ ਰਹਿੰਦੇ ਨੇ ਸੰਵਿਧਾਨ ਦੇ ਨਾਤੇ ਹਿਊਮਨਿਟੇਰੀਅਨ ਗਰਾਉਂਡਸ ਦੇ ਨਾਤੇ ਹਿਊਮਨ ਰਾਈਟਸ ਦੇ ਨਾਤੇ ਉਹ ਬੰਦਿਸ਼ਾਂ ਰੁਕ ਜਾਣੀਆਂ ਚਾਹੀਦੀਆਂ ਨੇ ਔਰ ਸਾਨੂੰ ਪੂਰੀ ਤਰ੍ਹਾਂ ਨਾਲ ਜੋ ਬਾਬਾ ਸਾਹਿਬ ਭੀਮrao ਅੰਬੇਦਕਰ ਸਾਹਿਬ ਦਾ ਲਿਖਿਆ ਹੋਇਆ ਸੰਵਿਧਾਨ ਹੈ ਭਾਰਤ ਦਾ ਉਹਦੇ ਮੁਤਾਬਿਕ ਸਾਰੀ ਕਾਰਜਸ਼ਾਲੀ ਟੁਕਵੇਂ ਤੌਰ ਤੇ ਪ੍ਰਯੋਗ ਵਿੱਚ ਲਿਆਉਣੀ ਚਾਹੀਦੀ ਹੈ ਇਸ ਕਰਕੇ ਇਹਨਾਂ ਗੱਲਾਂ ਦੇ ਉੱਤੇ ਜ਼ਰੂਰ ਗੱਲ ਹੋਣੀ ਚਾਹੀਦੀ ਹੈ ਅਗਲੀ ਗੱਲ ਅਸੀਂ ਪੁੱਛਣੀ ਹੈ ਸਿਆਸੀ ਆਗੂਆਂ ਕੋਲੋਂ ਪੇਂਡੂ ਵਿਕਾਸ ਬਾਰੇ ਪੰਚਾਇਤਾਂ ਬਾਰੇ ਪੰਚਾਇਤਾਂ ਨੂੰ ਜ਼ਿਆਦਾ ਪੈਸਾ ਦੇ ਕੇ ਹੋਰ ਪਾਵਰਸ ਦੇ ਕੇ ਖੁਦਮੁਖਤਾਰਕ ਕਿਉਂ ਨਾ ਦਿੱਤੀ ਜਾਵੇ ਕਿ ਇਹ ਪੰਜਾਬ ਦੇ ਜਿਹੜੇ ਪਿੰਡਾਂ ਦੇ ਮਸਲੇ ਨੇ ਇਹ ਪਿੰਡ ਦੀ ਪੰਚਾਇਤ ਆਪਣੇ ਤੌਰ ਦੇ ਉੱਤੇ ਹੀ ਹੱਲ ਕਰ ਲਵੇ ਕਿਉਂ ਨਾ ਇਹ ਪਿੰਡੂ ਖੇਤਰਾਂ ਦਾ ਜਿਹੜਾ ਸਾਡਾ ਸੂਬਾ ਪੰਜਾਬ ਹੈ ਕਿਉਂਕਿ ਪਿੰਡ ਸਾਡੇ ਰੀੜ ਦੀ ਹੱਡੀ ਨੇ ਠੀਕ ਹੈ ਔਰ ਜ਼ਿਆਦਾ ਵੱਸੋਂ ਪਿੰਡਾਂ ਚ ਰਹਿੰਦੀ ਹੈ ਤੇ ਇਲੈਕਸ਼ਨਸ ਦੇ ਵਿੱਚ ਵੀ ਕਿਹਾ ਜਾਂਦਾ ਹੈ ਕਿ ਜਿਹੜੀ ਪਿੰਡੂ ਵੋਟ ਹੈ ਜਿੱਧਰ ਭੁਗਤ ਗਈ ਉਹ ਪਾਰਟੀ ਸਰਕਾਰ ਬਣਾ ਜਾਂਦੀ ਹੈ ਜਿੱਤ ਜਾਂਦੀ ਹੈ ਤਾਂ ਪਿੰਡੂ ਵੋਟ ਦਾ ਖਾਸ ਅਸਰ ਪੈਣਾ ਇਸ 바ਰ ਇਲੈਕਸ਼ਨਸ ਦੇ ਉੱਤੇ ਵੀ ਜਿਹੜੀਆਂ 20 ਫਰਵਰੀ ਨੂੰ ਪੈ ਰਹੀਆਂ ਨੇ ਤੇ 10 ਮਾਰਚ ਨੂੰ ਨਤੀਜਾ ਆ ਰਿਹਾ ਤੇ ਇਹ ਪਿੰਡੋਂ ਵਿਕਾਸ ਕਦੋਂ ਕੀਤਾ ਜਾਏਗਾ ਪੰਚਾਇਤਾਂ ਨੂੰ ਇੰਨਾ ਸਟਰੋਂਗ ਕਿਉਂ ਨਾ ਬਣਾਇਆ ਜਾਏ ਕਿ ਇਹ ਆਪਸ ਦੇ ਵਿੱਚ ਮਿਲ ਜੁਲ ਕੇ ਸਾਰੇ ਸਰਪੰਚ ਆਪਣੇ ਪਿੰਡ ਦੇ ਸਾਰੇ ਮਸਲੇ ਉੱਥੇ ਹੀ ਹੱਲ ਕਰ ਲੈਣ ਇਹ ਨਿੱਕੇ ਨਿੱਕੇ ਦੇਸ਼ ਨੇ ਜਿਹੜੀਆਂ ਅਲੱਗ-ਅਲੱਗ ਪਿੰਡਾਂ ਦੀਆਂ ਪੰਚਾਇਤਾਂ ਨੇ ਇਹ ਸਾਰੀ ਐਡਮਿਨਿਸਟ੍ਰੇਸ਼ਨ ਹੈ ਕਿਉਂ ਨਾ ਇਹਨਾਂ ਨੂੰ ਮਜ਼ਬੂਤ ਕੀਤਾ ਜਾਏ ਤੇ ਫਿਰ ਸਟੇਟ ਗਵਰਨਮੈਂਟਸ ਦੇ ਉੱਤੇ ਐਡਮਿਨਿਸਟ੍ਰੇਸ਼ਨ ਦੇ ਉੱਤੇ ਬੋਝ ਘੱਟ ਜਾਏਗਾ ਕਿਉਂਕਿ ਪਿੰਡਾਂ ਦੇ ਮਸਲੇ ਪਿੰਡਾਂ ਦੇ ਵਿੱਚ ਹੀ ਹੱਲ ਹੋ ਜਾਣਗੇ ਉੱਤੋਂ ਜ਼ਰੂਰ ਨਿਗਰਾਨੀ ਕੀਤੀ ਜਾਏ ਜਿਹੜਾ ਉੱਤੇ ਕੈਮਰਾ ਲੱਗਾ ਹੁੰਦਾ ਹੈ ਨਾ ਸਾਡਾ ਅਸੀਂ ਦੇਖਦੇ ਹਾਂ ਆਪ ਕੈਮਰੇ ਦੀ ਨਿਗਰਾਨੀ ਮੇ ਹੈ ਸੀਸੀਟੀਵੀ ਕੈਮਰਾ ਤਾਂ ਜਿਹੜੇ ਉੱਤੇ ਬੈਠੀਆਂ ਗਵਰਨਮੈਂਟਸ ਨੇ ਜਿਹੜੇ ਉੱਥੇ ਬੈਠੇ ਆਫੀਸਰਸ ਨੇ ਉਹ ਸੀਸੀਟੀਵੀ ਕੈਮਰੇ ਵਾਕਨ ਨਜ਼ਰ ਜ਼ਰੂਰ ਰੱਖਣ ਪਰ ਪੰਚਾਇਤਾਂ ਨੂੰ ਇੰਨਾ ਸਟਰੋਂਗ ਕੀਤਾ ਜਾਵੇ ਪਿੰਡੂ ਪਾਈਚਾਰੇ ਨੂੰ ਇੰਨਾ ਸਟਰੋਂਗ ਕੀਤਾ ਜਾਵੇ ਜਿਵੇਂ ਪੁਰਾਣੇ ਵਕਤਾਂ ਵਿੱਚ ਅਸੀਂ ਬਹਿ ਕੇ ਸਾਥ ਦੇ ਵਿੱਚ ਹੀ ਬਹਿ ਕੇ ਪੰਚਾਇਤਾਂ ਜ਼ਾਰੇ ਫੈਸਲੇ ਕਰ ਲੈਂਦੀ ਸੀ ਸਾਂਝੀ ਵਾਲਤਾ ਪਾਈਚਾਰੇ ਦਾ ਸੰਦੇਸ਼ ਸੀ ਤੇ ਉਸੇ ਮੁਤਾਬਿਕ ਕਿ ਉਹਨਾਂ ਸਿਰਜਿਆ ਜਾਵੇ ਸਭ ਕੁਝ ਤਾਂ ਕਿ ਪੌਂਧ ਬਸ ਆ ਜਾਏ ਪੰਜਾਬ ਦੇ ਪਿੰਡਾਂ ਵਿੱਚ ਰਹਿ ਕੇ ਸਾਨੂੰ ਸਾਰਿਆਂ ਨੂੰ ਜੋ ਆਉਂਦਾ ਪਰ ਕਿਤਨਾ ਕਿਤੇ ਜਿਹੜਾ ਇਹ ਅੜਿੱਕਾ ਪੈ ਜਾਂਦਾ ਨਾ ਪ੍ਰਸ਼ਾਸਨ ਦਾ ਉੱਥੇ ਪੰਗਾ ਪੈਂਦਾ ਉੱਥੇ ਆ ਕੇ ਫਿਰ ਅਸੀਂ ਕਹਿੰਦੇ ਯਾਰ ਆ ਗਈ ਹੋ ਗਿਆ ਸੋ ਉਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਦੂਰ ਜਿਹੜੀਆਂ ਅੜਿੱਕਾ ਪਾਉਣ ਤੇ ਉਸ ਦੇ ਨਾਲ ਨਾਲ ਹੋਰ ਵੀ ਜਿਹੜੇ ਸੂਬਿਆਂ ਦੇ ਮਸਲੇ ਨੇ ਹੋਰ ਵੀ ਜਿਹੜੇ ਆਪਣੇ ਹਲਕਿਆਂ ਦੇ ਮਸਲੇ ਨੇ ਜਿੱਥੇ ਤੁੜੀਆਂ ਕਨਸਟੀਚਿਊਸ਼ਨਸ ਨੇ ਜਿੱਥੇ ਤੁਸੀਂ ਇਲੈਕਸ਼ਨਸ ਵਾਸਤੇ ਜਾਣਾ ਤੁਹਾਡੇ ਸਿਆਸੀ ਆਗੂ ਖੜੇ ਨੇ ਉਨਾਂ ਦੇ ਨਾਲ ਜਿਹੜੇ ਜੁੜੇ ਹੋਏ ਮਸਲੇ ਨੇ ਉਹ ਵੀ ਗੱਲ ਕਰੋ ਗਲੀ ਮੁਹੱਲੇ ਦੇ ਮਸਲਿਆਂ ਦੀ ਗੱਲ ਕਰੋ ਆਪਣੇ ਪਿੰਡ ਦੇ ਮਸਲਿਆਂ ਦੀ ਗੱਲ ਕਰੋ ਆਪਣੇ ਪੰਚਾਇਤ ਦੇ ਮਸਲਿਆਂ ਦੀ ਗੱਲ ਕਰੋ ਹਰ ਤਰ੍ਹਾਂ ਦੇ ਮਸਲੇ ਦੀ ਸਿਆਸੀ ਆਗੂਆਂ ਨਾਲ ਗੱਲ ਕਰੋ ਜਿਹੜੇ ਵੋਟਾਂ ਮੰਗਣ ਆਉਣ ਕਿਉਂਕਿ ਉਹਨਾਂ ਨੂੰ ਤੁਸੀਂ ਬਣਾਉਣਾ ਹੀ ਇਸ ਕਰਕੇ ਹੈ ਕਿ ਉਹ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਕਰਨਗੇ ਸੋ ਚੋਣ ਦੰਗਲ ਦੇ ਨਾਲ ਤੁਸੀਂ ਜੁੜੇ ਰਹਿੰਦੇ ਹੋ ਸਾਨੂੰ ਖੁਸ਼ੀ ਹੁੰਦੀ ਹੈ ਇਸ ਗੱਲ ਦੀ ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ ਯੂਐਸਏ ਟੀਵੀ ਸਸਕੀ ਕਾਲਜੀ